ਮੰਮੀ ਆਹ ਬਣੀ ਗੱਲ, ਨਾ ਸੱਸ ਨਾ ਨਨਾਣ, ਬੀਬੀ ਆਪੇ ਪ੍ਰਧਾਨ। ਇਹ ਥੋੜਾ ਹੁਣ ਰਾਜਵਿੰਦਰ ਵਾਂਗੂ ਸਾਰੇ ਟੱਬਰ ਨੂੰ ਪਕਾ ਪਕਾ ਕੇ ਤੇ ਖਵਾ ਲਓ ਰੋਟੀਆਂ। ਚਾਹ ਬਣਾ ਕੇ ਤੇ ਸਿਰ ਚ ਪਾ ਦੇ ਮੇਰੇ। ਚਾਹ ਬਣਾਉਂਦੀ ਆ ਸਾਰਾ ਦਿਨ, ਪੱਸੀ ਲੱਗ ਗਈ ਨਹੀਂ ਦੀ ਫੋਨ ਤੇ। ਬੈਗ ਲੈ ਕੇ ਬਾਹਰ ਆ ਜਾ, ਨਹੀਂ ਤੇ ਧੂ ਕੇ ਖੜੂੰਗਾ ਮੋਟਰਸਾਈਕਲ ਦੇ ਮਗਰ। ਪਰ ਉਦਾਂ ਮੰਮੀ ਚਾਚੀ ਕਹਿੰਦੀ ਤੇ ਇੱਦਾਂ ਹੀ ਰਹਿੰਦੀ ਹੁੰਦੀ ਸੀ ਇਹਨੂੰ ਕਿ ਇਹਦੀ ਜ਼ਬਾਨ ਬੜੀ ਆ, ਇਹਨੇ ਤੇ ਵੱਸ ਕੇ ਨਹੀਂ ਆਉਣਾ ਤੇ ਹੁਣ ਆਪਣੀ ਤੀਜੇ ਦਿਨ ਲੜ ਕੇ ਆਉਂਦੀ ਆ। ਅਸੀਂ ਤੇ ਜਿਹੜੀ ਗੱਲ ਮੂੰਹ ਤੇ ਕਹਿੰਦੇ ਸੀ ਇਹਦੀ ਕੁੜੀ ਮੀਣੀ ਸੀ, ਵਿੱਚ ਉਹ ਵਿੱਚ ਰੱਖਦੀ ਸੀ ਗੱਲਾਂ। ਆਹੋ ਹੁਣ ਪਤਾ ਲੱਗਦਾ ਨਾ। ਪਤ ਵਿਆਹ ਤੇ ਜਾ, ਕੁੜੀ ਮੇਰੀ ਦੀ ਤੇ ਕਿਤੇ ਕੋਈ ਰੀਸ ਹੀ ਨਹੀਂ, ਐਡੀ ਬੀਬੀ ਕੁੜੀ ਆ, ਕੁੜੀ ਨੇ ਕੀ ਕਰ ਦਿੱਤਾ ਆ। ਵਾਕਿਆ ਤੁਹਾਡੀ ਕੁੜੀ ਦੀ ਰੀਸ ਨਹੀਂ ਹੈਗੀ, ਜਿਹੜੇ ਕੰਮ ਇਹ ਕਰਦੀ ਆ ਨਾ ਇਹਦੀ ਰੀਸ ਕੋਈ ਕਰ ਹੀ ਨਹੀਂ ਸਕਦਾ ਇਹ ਜਹਾਨ ਦੇ ਉੱਤੇ। ਨਾਲੇ ਮੈਂ ਕੀ ਵਿੱਚੋਂ ਖਾ ਲਿਆ ਵਾ, ਬੜਾ ਸੋਹਣਾ ਤੁਹਾਨੂੰ ਮੁੰਡਾ ਲੱਭ ਕੇ ਦਿੱਤਾ, ਹੁਣ ਤੇ ਇੱਥੇ ਹੀ ਆ, ਇਹਨੇ ਇੱਥੇ ਰਹਿਣਾ ਕਿ ਉੱਥੇ ਜਾਣਾ। ਆ ਵੇਖੋ ਤੁਹਾਡੇ ਗਾੜੀ ਜੋੜੇ ਹੱਥ, ਮੈਨੂੰ ਨਾ ਤੇ ਜਗ ਦਿਨ ਫੋਨ ਲਾ ਕੇ ਸੱਦਿਆ ਕਰੋ, ਮੈਨੂੰ ਤੇ ਆਉਂਦੀ ਸ਼ਰਮ। ਵਸਣਾ ਤੇ ਹੁਣ ਇਹਨੇ ਆ ਨਾ, ਵਸਣਾ ਤੇ ਇਹਨੂੰ ਨਹੀਂ ਆਉਣ ਡਿਆ ਹੁਣ। ਨਹੀਂ ਅਜੇ ਤੇ 15 ਦਿਨ ਹੀ ਹੋਏ ਆ, ਜੇ ਪੰਚਾਇਤਾਂ ਤੇ ਗੱਲ ਚੱਲ ਗਈ ਨਾ ਤੇ ਜ਼ਿਆਦਾ ਖਲਾਰੇ ਪੈ ਜਾਣੇ ਆ, ਤੇ ਇੱਦਾਂ ਕਰੀਏ ਵੀ ਹੁਣੇ ਚੱਲੀਏ ਤੇ ਜਾ ਕੇ ਤੇ ਕੰਮ ਨਿਬੇੜ ਆਈਏ। ਮੰਮੀ ਮੰਨਿਆ ਕਿ ਇਹ ਨਿਆਣ ਸਿਆਣ ਹੋਊਗੀ ਕੰਮਾਂ ਕਾਰਾਂ ਵਾਸਤੇ, ਪਰ ਜਿੱਡੀ ਤਿੱਖੀ ਇਹਦੀ ਜ਼ਬਾਨ ਆ ਨਾ, ਇਹ ਨਿਆਣ ਸਿਆਣ ਨਹੀਂ ਹੈਗੀ। ਲੈ ਜਾਓ ਤੁਸੀਂ ਇਹਨੂੰ, ਮੈਂ ਇਕੱਲਾ ਹੀ ਚੰਗਾ ਇੱਥੇ। ਹੁਣ ਮੈਂ ਕੀ ਕਹਾਂ ਤੁਹਾਨੂੰ ਸਿਆਣੀਆਂ ਬਿਆਣੀਆਂ ਨੂੰ, ਜਦੋਂ ਤੁਸੀਂ ਹੁਣ ਛੱਡਣ ਹੀ ਆ ਗਈਆਂ। ਵਿੱਕੀ ਸਿਆਂ, ਇਹ ਤਾਂ ਹੁਣ ਗੱਲ ਪਿਆ ਢੋਲ ਤੈਨੂੰ ਵਜਾਉਣਾ ਹੀ ਪੈਣਾ ਸਾਰੀ ਉਮਰ, ਭਾਵੇਂ ਹੱਸ ਕੇ ਵਜਾ ਤੇ ਭਾਵੇਂ ਰੋ ਕੇ ਵਜਾ। ਲੈਣੀ ਸੱਦੇ ਵਾਲੀ ਆ ਗਈ ਓ, ਅੱਜ ਤੇ ਫੌਜਣ ਘਰ ਤੇਲ ਸੀ, ਸੜਕੀ ਦਿਮਾਗ ਮੇਰੇ ਦਿਮਾਗ ਚੋਂ ਹੀ ਨਿਕਲ ਗਈ ਇਹ ਤੇ ਗੱਲ। ਰੋਟੀਆਂ ਪਕਾਈ ਜਾਣ ਡੇ ਉਧਰ ਤੇਲ ਵਾਲੇ ਘਰ, ਤੁਹਾਨੂੰ ਸੱਦਣ ਡੇ ਆ, ਤੁਸੀਂ ਆਏ ਨੀ, ਤੁਹਾਨੂੰ ਮੈਂ ਕੱਲ ਦਾ ਸੁਨੇਹਾ ਦੇ ਕੇ ਗਈ। ਮੈਨੂੰ ਚੇਤਾ ਹੀ ਭੁੱਲ ਗਿਆ, ਕੋਈ ਨੀ ਮੈਂ 2 ਫੁਲਕੇ ਲਾ ਕੇ ਨਾ ਫਿਰ ਆਉਂਦੀ ਆ। ਰਹਿਣ ਦੋ, ਉੱਥੇ ਲੱਡੂ ਖਾ ਲਿਆ, ਵੀ ਮੈਂ ਵੀ ਵੇਲਦੀ ਆਈ ਤੇ ਮੈਨੂੰ ਆਖਣ ਡੇ ਸੱਦ ਕੇ ਲਿਆ। ਰੌਣਕ ਹੈ ਨੀ ਪ੍ਰੀਤੀ ਦੇ ਬਗੈਰ, ਮੇਰੇ ਤੋਂ ਬਗੈਰ ਰੌਣਕ ਕਿੱਥੇ ਲੱਗਦੀ ਆ। ਮੈਂ ਆਟਾ ਚੁੱਕ ਲੈਂਦੀ ਆ, ਆਲੋ ਆ ਜਿਓ ਫਿਰ ਉੱਥੇ, ਮੈਨੂੰ ਦੋਹਰੇ ਨਹਾਉਣਾ ਪਵੇ। ਉਹ ਨਹੀਂ ਨਹੀਂ ਹੋਣਾ ਪੈਂਦਾ, ਮੈਂ ਹੁਣੇ ਆ ਜਾਂਦੀ ਆ। ਆਹੋ ਆ ਜਿਓ, ਉੱਥੇ ਰੋਟੀ ਵੀ ਬਣ ਰਹੀ ਆ, ਫਿਰ ਤੇ ਸਗੋਂ ਹੀ ਵਧੀਆ, ਉੱਥੇ 2 ਫੁਲਕੇ ਖਾ ਲਾਂਗੇ। ਆਹੋ ਆ ਜਿਓ ਫਿਰ। ਚੰਗਾ, ਆਹ ਕੁੱਤਿਆਂ ਨੂੰ ਪਾ ਦਿੰਦੀ ਆ, ਚੱਲ ਜਾਂਦੀ ਆ। ਉਹਦਾ ਇੱਕ ਗੱਲ ਆ, ਮੇਰੇ ਤੋਂ ਬਿਨਾਂ ਪਿੰਡ 'ਚ ਰੌਣਕ ਵੀ ਨਹੀਂ ਲੱਗਦੀ, ਸਾਰੇ ਘਰਾਂ ਦੇ ਵਿੱਚ ਜਾ ਕੇ ਮੈਂ ਰੌਣਕਾਂ ਲਾ ਦਿੰਦੀ ਹਾਂ। ਤਾਂਹੀਓ ਤਾਂ ਸਾਰੀਆਂ ਮੈਨੂੰ ਕਹਿੰਦੀਆਂ ਆ ਜਾਇਆ ਕਰ, ਟਾਈਮ ਨਾਲ ਆ ਜਾਇਆ ਕਰ। ਚੱਲ ਹੀ ਜਾਂਦੀਆਂ ਵਿਚਾਰੀਆਂ, ਡਿੱਗਣ ਦੀਆਂ ਹੋਣੀਆਂ ਵਾ, ਕਿੰਨਾ ਵਿਚਾਰੀਆਂ ਦਾ ਕੰਮ ਕਰਨ ਵਾਲਾ ਪਿਆ ਹੋਣਾ, ਲੱਡੂ ਲੱਡੂ ਵੇਲਣ ਵਾਲੇ ਆ। ਚੱਲ ਕੰਮ ਬਾਕੀ ਰੱਖ ਕੇ ਕਰ ਲਾਂਗੀ, ਕੰਮ ਤੇ ਹੁੰਦੇ ਰਹਿਣੇ ਆ। ਚੱਲ ਠੀਕ ਆ।
ਬੱਲੇ ਬੱਲੇ ਬੱਲੇ, ਕਿੰਨਾ ਖਲਾਰਾ ਪਾਇਆ ਵਾ, ਆਪ ਪਤਾ ਨਹੀਂ ਕਿੱਥੇ ਗਈ ਆ। ਲੈ ਗੈਸ ਵੀ ਚੱਲਦੀ, ਇਸ ਜਨਾਨੀ ਨੇ ਨਹੀਂ ਸੁਧਰਨਾ। ਪਾਣੀ ਨਾਲ ਸਿੰਕ ਭਰਿਆ, ਬੁਰੇ ਹਾਲ। ਉਹ ਜੇ ਕੋਈ ਪ੍ਰਾਹੁਣਾ ਹੀ ਆ ਜੇ ਤਾਂ ਕੀ ਆ ਕੇ ਵੇਖੂਗਾ। ਐਡੀ ਸੋਹਣੀ ਇਹਨੂੰ ਮੈਂ ਰਸੋਈ ਤਿਆਰ ਕਰਵਾ ਕੇ ਦਿੱਤੀ ਆ। ਪਹਿਲਾਂ ਇਹਦਾ ਬਹਾਨਾ ਸੀ ਕਿ ਰਸੋਈ ਨਹੀਂ ਚੱਜਦੀ ਤਾਂ ਨਹੀਂ ਸਫਾਈ ਹੁੰਦੀ। ਹੈਂ, ਉਹ ਦੱਸ ਹੁਣ ਤਾਂ ਮੈਂ ਟੈਲਾਂ ਲਵਾ ਤੀਆਂ, ਪੱਥਰ ਲਵਾ ਤਾ, ਅਜੇ ਵੀ ਇਹਦੇ ਹੱਥ ਟੁੱਟਦੇ ਆ ਸਫਾਈ ਕਰਨ ਲੱਗਿਆਂ। ਆ ਲੈਣ ਦੇ ਇਹਨੂੰ, ਅੱਜ ਇਹਦੇ ਨਾਲ ਮੈਂ ਗੱਲ ਮੁਕਾ ਹੀ ਲੈਣੀ ਆ। ਇਹਦੇ ਤਾਂ ਮੈਂ ਹੱਡ ਤੋੜਦਾ, ਇਹਨੇ ਉੱਦਾਂ ਨਹੀਂ ਮੰਨਣਾ। ਦਿਮਾਗ ਖਰਾਬ ਕਰਕੇ ਰੱਖਤਾ। ਮੈਨੂੰ ਨਹੀਂ ਲੱਗਦਾ ਇੱਦਾਂ ਉਹਨੇ ਆਉਣਾ। ਮੈਂ ਤਾਂ ਸੋਚਿਆ ਸੀ ਹਾਫ ਡੇ, ਅੱਜ ਰੋਟੀ ਵੀ ਨਹੀਂ ਲੈ ਕੇ ਗਿਆ। ਮੈਨੂੰ ਨਹੀਂ ਪਤਾ, ਆਉਂਦਿਆਂ ਨੂੰ ਇਹਦਾ ਸਿਆਪਾ ਹੋਇਆ ਹੋਣਾ, ਪਤਾ ਨਹੀਂ ਕਿੱਥੇ ਉਜੜੀ ਆ। ਸਿਆਪਾ ਖਾਨਾ ਫੋਨ ਵੀ ਇੱਥੇ ਛੱਡ ਕੇ ਗਈ ਆ। ਆਪ ਹੀ ਜਾਣਾ ਇਹਦੇ ਵੱਲ। ਪ੍ਰੀਤ, ਪ੍ਰੀਤ, ਤੁਸੀਂ ਆ ਗਏ ਜੀ? ਓਏ ਆਹੋ ਆ ਗਿਆ, ਅੱਜ ਬੜੀ ਛੇਤੀ ਆ ਗਏ। ਲੈ ਦੱਸ, ਦੱਸਿਆ ਤਾਂ ਹੈਗਾ ਸੀ ਤੈਨੂੰ ਕਿ ਅੱਜ ਹਾਫ ਡੇ ਆ, ਛੇਤੀ ਆ ਜਾਣਾ। ਹਾਂ ਹਾਏ, ਮੈਨੂੰ ਚੇਤਾ ਹੀ ਭੁੱਲ ਗਿਆ। ਚੱਲ ਕੋਈ ਨਹੀਂ, ਕਰਾਉਣਾ ਚੇਤਾ ਤੇ ਉਹ ਆ ਜਾ ਫਿਰ ਚੱਲੀਏ। ਅੱਧਾ ਕੁ ਲੱਡੂ ਰਹਿ ਗਏ ਵੇਲਣ ਵਾਲੇ, ਬਸ ਵੇਲ ਕੇ ਮੈਂ ਹੁਣੇ ਹੀ ਆ ਗਈ। ਵੇਲ ਲੈਣੇ ਉਹਨਾਂ ਬਥੇਰੀਆਂ ਜਾਣੀਆਂ ਵੇਲਣ ਡੀਆਂ ਹੋਣੀਆਂ ਕਿ ਜਾਂ ਫਿਰ ਤੇਰੇ ਤੇ ਸਾਰੀ ਵਿਪਤਾ ਪਈ ਲੱਡੂਆਂ ਦੀ, ਤੂੰ ਇਕੱਲੀ ਨੇ ਵੇਲਣੇ ਆ। ਉਹ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਆ ਗਈ, ਮੈਂ ਕਿਹਾ ਚੱਲ ਉਦੋਂ ਦੇ ਡਈਆਂ ਸੀ ਤੇ ਤਾਂ ਕਰਕੇ। ਚੱਲ ਆ ਜਾਗਾ, ਭੁੱਖ ਬੜੀ ਲੱਗੀ ਆ ਮੈਨੂੰ। ਚਲੋ ਕੋਈ ਨਹੀਂ, ਫਿਰ ਮੈਂ ਦੱਸ ਕੇ ਆਉਂਦੀ ਹਾਂ। ਚੱਲ ਠੀਕ ਆ। ਨਹੀਂ ਨਾ ਘਰੇ ਰੋਟੀ ਖਾ ਲਓ, ਭੁੱਖੀ ਪਈ ਆ। ਬੰਦੇ ਵਾਂਗੂ ਘਰ ਆ ਗਏ ਤੇ ਰੋਟੀ ਲਾ, ਤੈਨੂੰ ਪਤਾ ਤਾਂ ਹੈਗਾ ਅੱਗੇ ਵੀ ਮੈਂ ਖਾਣਾ ਹੁੰਦਾ ਬਾਹਰੋਂ। ਚਲੋ ਕੋਈ ਨਹੀਂ, ਮੈਂ ਹੁਣੇ ਆ ਗਈ। ਆ ਤੂੰ ਦੱਸ ਕੇ ਤੇ ਤੈਨੂੰ ਘਰ ਜਾ ਕੇ ਮੈਂ ਦੱਸਦਾ। ਉੱਦਾਂ 10 ਕਿਲੋ ਲੱਡੂ ਰਹਿ ਗਏ ਸੀ ਵੇਲਣ ਵਾਲੇ, ਨਾਲੇ ਘਰ ਵੀ ਲੈ ਆਉਣੇ ਸੀ। ਹੁਣ ਇੱਦਾਂ ਕਰਦੀ ਹਾਂ, ਵਿੱਕੀ ਨੂੰ ਰੋਟੀ ਦੇ ਕੇ ਨਾ ਆ ਕੇ ਫਿਰ ਬਣਾਉਂਦੀ ਹਾਂ ਲੱਡੂ। ਤੁਸੀਂ ਸਿਰਫ 2 ਮਿੰਟ ਬੈਠੋ, ਮੈਂ ਹੁਣੇ ਰੋਟੀ ਪਕਾ ਦਿੰਦੀ ਹਾਂ ਤੁਹਾਨੂੰ, ਠੀਕ ਆ? ਮੇਰੀ ਸੁਣ ਗੱਲ। ਹਾਂਜੀ। ਆ ਕੀ ਆ? ਕੀ ਆ? ਸਮਾਨ। ਸਮਾਨ? ਹਾਂਜੀ। ਇੰਨਾ ਖਲਾਰਾ ਆਪਣੇ ਘਰ ਪਾ ਕੇ ਚੱਲ ਗਈ ਆ, ਦੱਸ ਸਾਂਭ ਕੇ ਨਹੀਂ ਜਾਇਆ ਜਾਂਦਾ? ਉਹ ਸਾਂਭ ਕੇ ਤੇ ਮੈਂ ਜਾਣਾ ਸੀ, ਉਹ ਆਂਟੀ ਸੀ ਛੇਤੀ ਇੱਥੇ ਆ ਜਾ, ਤੇਰੇ ਤੋਂ ਬਿਨਾਂ ਕਹਿੰਦੇ ਰੌਣਕ ਨਹੀਂ ਲੱਗਦੀ। ਅੱਛਾ, ਤੇਰੇ ਤੋਂ ਬਗੈਰ ਰੌਣਕ ਨਹੀਂ ਲੱਗਦੀ? ਹਾਂਜੀ। ਤੂੰ ਉੱਥੇ ਰੌਣਕ ਲਾਉਣ ਗਈ ਸੀ? ਹਾਂਜੀ। ਆਪਣੇ ਘਰ ਇੰਨਾ ਖਲਾਰਾ ਛੱਡ ਕੇ ਚੱਲ ਜਾਂਦੀ ਆ, ਹੈ? ਮਗਰ ਚੂਹੇ ਭਾਵੇਂ ਦੌੜਦੇ ਰਹਿਣ ਸਲਫਾਂ ਦੇ ਉੱਤੇ, ਅਧਿਆ ਨਹੀਂ ਡੱਕਦਾ ਆਟਾ ਵੇਖ ਕਿੱਦਾਂ ਖਲਾ ਰਿਹਾ ਵਾ, ਸਿੰਕ ਸਾਰੀ ਭਾਂਡਿਆਂ ਦੀ ਭਰੀ ਪਈ ਆ। ਚੰਗੀ ਭਲੀ ਤੇ ਸਫਾਈ, ਹੋਰ ਸਫਾਈ ਕਿੱਦਾਂ ਦੀ ਹੁੰਦੀ ਆ? ਆ ਸਫਾਈ ਦੇਖਦੀ ਆ ਤੈਨੂੰ, ਅੰਨੀ ਆ, ਹੈ? ਉੱਤੋਂ ਵੱਖਰਾ ਸਿਲੰਡਰ ਗੈਸ ਸਿਲੰਡਰ ਆਵੇ ਚਾਲੂ ਛੱਡ ਗਈ ਆ, ਦਸ ਮਾਂ ਤੇਰੀ ਭਰਾ ਕੇ ਦਿੰਦੀ ਆ ਸਿਲੰਡਰ। ਚੇਤਾ ਭੁੱਲ ਗਿਆ ਸੀ ਤੈਨੂੰ, ਲੋਕਾਂ ਦੇ ਕੰਮ ਕਰਿਆ ਕਰ ਘਰਾਂ 'ਚ ਜਾ ਜਾ ਕੇ, ਠੀਕ ਆ? ਆਪਣਾ ਨਾ ਕਰਿਆ ਕਰ, ਆਪਣੀ ਤੈਨੂੰ ਸਾਫ਼ ਸਫਾਈ ਦਾ ਨਹੀਂ ਹੁੰਦਾ। ਸਾਰੇ ਪਿੰਡ 'ਚ ਚਰਚੇ ਆ ਤੇਰੀ ਸਫਾਈ ਦੇ, ਲੋਕ ਤੈਨੂੰ ਫੁੱਲੀਆਂ ਪਾ ਪਾ ਕੇ ਆਪਣੇ ਘਰ ਦੇ ਕੰਮ ਕਰਾਉਂਦੇ ਰਹਿੰਦੇ ਆ, ਤੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਜਿਹੜੀ ਛੱਡ ਕੇ ਚਲ ਜਾਂਦੀ ਆ ਸਾਰਾ ਕੁਛ ਵਿੱਚ।
ਉਹੀ ਲੋਕ ਬਾਅਦ ਚ ਪਿੰਡ ਪਿੱਛੇ ਗੱਲਾਂ ਕਰਦੇ ਆ ਕਿ ਇਹਦੇ ਘਰ ਮਾਸਾ ਸਫਾਈ ਨਹੀਂ ਹੈਗੀ, ਕਿਤੇ ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਜਿਨ੍ਹਾਂ ਦੇ ਘਰਾਂ 'ਚ ਜਾ ਜਾ ਕੇ ਕੰਮ ਕਰਾਉਣ ਡੀ ਆ। ਚੰਗੀ ਭਲੀ ਜੇ ਮੈਂ ਰੱਖਦੀ ਹਾਂ ਸਫਾਈ, ਹੋਰ ਮੈਂ ਸਫਾਈ ਕਿੱਦਾਂ ਦੀ ਰੱਖਾਂ? ਚੰਗੀ ਭਲੀ ਸਫਾਈ ਰੱਖਦੀ ਆ ਵੇ, ਆ ਸਫਾਈ ਆ, ਆ ਕੀ ਆ, ਆ ਸਫਾਈ ਆ, ਨੱਕ ਡੋਬਾ ਤੇਰਾ ਮੈਂ ਇਹਦੇ ਵਿੱਚ ਹੈ, ਸਫਾਈ ਰੱਖਦੀ ਆ। ਲੱਡੂ ਵੇਲਣ ਦਾ ਤਾੜ ਚੜਿਆ ਰਹਿੰਦਾ ਵੀ ਲੱਡੂ ਵੇਲਣੇ ਲੋਕਾਂ ਦੇ ਘਰਾਂ 'ਚ ਜਾ ਜਾ ਕੇ, ਹੈ ਆਪਣੇ ਘਰ ਦਾ ਨੀ ਤੈਨੂੰ ਕੰਮ ਦਿਸਦਾ, ਮਾਰ ਮਾਰ ਕੇ ਮੁੱਕਿਆ ਤੇ ਗੁੱਟ ਤੋੜਦਾ ਤੇਰੇ ਮੈਂ। ਸਿਰ ਭੰਨਣ ਡੀ ਆ, ਮੇਰੇ ਸਿਰ ਚ ਮਾਰ, ਮੇਰੇ ਮੇਰਾ ਸਿਰ ਭੰਨ, ਜਿਹਨੇ ਤੈਨੂੰ ਕਿਹਾ ਹੋ ਸਾਫ ਸਫਾਈ ਕਰਨ ਨੂੰ, ਕਿੱਦਾਂ ਹੁਣ ਭਾਂਡਿਆਂ ਦੁਆਲੇ ਡੈ ਵੀ ਗੁੱਸਾ ਕੱਢਣ? ਦਾਜ ਨੀ ਲੈ ਕੇ ਆਈ ਤੂੰ, ਇਹ ਪੈਸੇ ਲੱਗੇ ਇਹਨਾਂ ਦੇ ਬੰਦਿਆਂ ਨੂੰ, ਕੰਮ ਕਰ ਠੀਕ ਆ, ਜੇ ਹੱਡ ਬਚਾਉਣੇ ਆ ਤੇ, ਨਹੀਂ ਤਾਂ ਐਸੇ ਹੱਡ ਤੋੜੂਗਾ ਕਿ ਲਾਗੋ ਸਾਗੋ ਜੁੜਨੇ ਵੀ ਨੀ ਹੈਗੇ, ਬੈਠੀ ਰਹੇਗੀ ਹੱਡ ਤੜਾ ਕੇ। ਫਿਰ ਇੱਕ ਇਹ ਰੱਖਿਆ ਸੀ ਮੇਰੇ ਕਰਮਾਂ 'ਚ, ਜਦੋਂ ਜੀ ਕਰਦਾ ਉਦੋਂ ਮੇਰੇ ਨਾਲ ਲੜਦਾ ਪੈਂਦਾ, ਇੰਨਾ ਮੈਂ ਕੰਮ ਕਰਦੀ, ਸਾਰੀ ਦਿਹਾੜੀ ਮੈਂ ਮਰ ਜਾਂਦੀ ਹਾਂ ਕੰਮ ਕਰ ਕਰਦੀ। ਹਾਂ ਹੋਏ, ਨਹੀਂ ਤੂੰ ਤਾਂ ਭੱਜ ਹੀ ਆਈ, ਉੱਥੇ ਫੌਜੀਆਂ ਨੇ ਸਾਰਿਆਂ ਨੂੰ 11-11 ਲੱਡੂ ਦਿੱਤੇ ਆ, ਅਤੇ ਆਹ ਮੈਂ ਹੁਣ ਤੇਰੇ ਵਾਸਤੇ 4 ਕੀ ਲਿਆ ਕੇ ਆਈ ਹਾਂ। ਮੈਂ ਲੱਡੂ ਕੀ ਕਰਨੇ ਆ, ਮੇਰੇ ਘਰ ਵਾਲੇ ਨੇ ਤਾਂ ਉਹਦੇ ਮੈਨੂੰ ਮੱਠੇ ਦੇ ਦਿੱਤੇ ਆ। ਹਾਂ ਹੋਏ, ਕੀ ਹੋਇਆ ਵਾ? ਐਵੇਂ ਤੁਹਾਨੂੰ ਪਤਾ ਹੀ ਆ ਸਾਰਾ ਕੰਮ ਮੈਂ ਕਰਦੀ ਹਾਂ, ਮੈਨੂੰ ਕਹਿੰਦੇ ਤੂੰ ਸਫਾਈ ਨਹੀਂ ਕਰਦੀ, ਤੂੰ ਕਿਤੇ ਸਾਫ਼ ਸਫਾਈ 'ਚ ਲੈਂਦੀ ਨਹੀਂ ਹੈਗੀ ਜੀ, ਬਸ ਇਸੇ ਗੱਲੋਂ ਲੜਾਈ ਪਾਲੀ ਘਰੇ। ਹਾਂ ਸਫਾਈ ਕਿਉਂ ਨਹੀਂ ਕਰਦੀ, ਉਹ ਤਾਂ ਸਫਾਈ ਬੜੀ ਕਰਦੀ, ਉੱਥੇ ਕਿੰਨੇ ਸੋਹਣੇ ਲੱਡੂ ਵੇਲਣ ਡਈ ਸੀ, ਕਿੰਨੀ ਉੱਥੇ ਰੌਣਕ ਲਾਈ ਸੀ। ਨੀ ਭੈਣਾ, ਇਹਨੂੰ ਕੌਣ ਸਮਝਾਵੇ, ਇਹ ਤਾਂ ਮੇਰੀ ਮਾਸਾ ਕਦਰ ਨਹੀਂ ਕਰਦਾ ਕਿਤੇ। ਨੀ ਆ ਲੈ ਫੜ ਲੱਡੂ, ਨਾਲੇ ਆਪ ਵੀ ਖਾ, ਨਾਲੇ ਉਹਨੂੰ ਵੀ ਖਵਾ, ਕਈਆਂ ਦਾ ਸੁਭਾਅ ਹੀ ਇੱਦਾਂ ਦਾ ਹੁੰਦਾ ਵਾ। ਨੀ ਇੱਕ ਗੱਲ ਤਾਂ ਉਹ ਵੀ ਸੱਚਾ ਹੀ ਆ, ਰਸੋਈ 'ਚ ਕਦੇ ਨੱਕ ਨਹੀਂ ਦਿੱਤਾ ਜਾਂਦਾ, ਹੁਣ ਤੇਰੇ ਮੂੰਹ 'ਤੇ ਕੀ ਕਹਾਂ ਤੈਨੂੰ, ਹੁਣ ਸੱਚਾ ਹੀ ਲੜਦਾ ਤੇਰੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿੱਦਾਂ ਪ੍ਰੀਤ? ਹਾਂਜੀ ਹਾਂਜੀ ਵਧੀਆ। ਹੋਰ ਅੱਜ ਤੈਨੂੰ ਕਿੱਦਾਂ ਰਾਹ ਆ ਗਿਆ? ਰਾਹ ਬਸ ਇੱਦਾਂ ਹੀ ਆ ਗਿਆ, ਮੈਂ ਆਈ ਸੀ ਰਾਜਵਿੰਦਰ ਵਾਲ ਕੱਪੜੇ ਸੀਨੇ ਦੇਣ। ਅੱਛਾ, ਉਹ ਘਰ ਨਹੀਂ ਸੀ ਹੈਗੀ, ਮੈਂ ਕਿਹਾ ਜਾਂਦੇ ਜਾਂਦੇ ਆਪਣੀ ਸਹੇਲੀਆਂ ਭੈਣਾਂ ਨੂੰ ਮਿਲ ਜਾਂਦੀ ਹਾਂ। ਲੈ ਆ ਤਾਂ ਬਹੁਤ ਵਧੀਆ ਕੀਤਾ ਹੈ, ਮੈਂ ਤਾਂ ਤੈਨੂੰ ਵੇਖ ਕੇ ਖੁਸ਼ੀ ਬੜਾ ਹੋਈ ਹਾਂ। ਹੋਰ? ਹਾਂ ਸਭ ਠੀਕ ਠਾਕ ਵਧੀਆ, ਤੂੰ ਸੁਣਾ? ਹਾਂ ਆਪਣਾ ਬਹੁਤ ਵਧੀਆ ਠੀਕ ਠਾਕ ਚੱਲੀ ਜਾਂਦਾ ਕੰਮ ਕਾਰ। ਹਾਂ ਤੂੰ ਤਾਂ ਮੋਟੀ ਬੜੀ ਹੋ ਗਈ ਆ। ਮੋਟੀ ਹੋ ਗਈ ਆ? ਹੋਰ, ਤੇਰਾ ਤਾਂ ਸਰੀਰ ਹੀ ਬੜਾ ਸੋਹਣਾ ਸੀ ਪਹਿਲਾਂ, ਪਤਲਾ ਜਿਹਾ। ਕੀ ਕਰਾਂ ਬਸ ਇੱਦਾਂ ਹੀ ਹੋ ਗਈ ਆ ਮੋਟੀ, ਜ਼ਿਆਦਾ ਮੋਟੀ ਹੋ ਗਈ ਆ, ਤੂੰ ਤਾਂ ਗਾਗਰ ਜੀ ਵਾਂਗ ਲੱਗਦੀ ਐਨ। ਹਾਏ ਮੈਂ ਸੱਚੀ ਮੋਟੀ ਹੋ ਗਈ ਹਾਂ। ਹਾਂ ਸੱਚੀ ਬੜੀ ਮੋਟੀ ਲੱਗਣ ਡਈ ਆ ਪ੍ਰੀਤ ਨੂੰ। ਤੁਸੀਂ ਇੰਨੇ ਫਿੱਟ ਫਾਟ ਜੇ, ਤੁਸੀਂ ਦੱਸੋ ਕੀ ਕਰਦੇ ਜੇ? ਮੈਂ ਤਾਂ ਭੈਣਾ ਪਤਲੇ ਹੋਣ ਲਈ ਬਹੁਤ ਕੁਛ ਕਰਦੀ ਹਾਂ। ਮੈਨੂੰ ਵੀ ਦੱਸ ਦਿਓ। ਹਾਂ ਮੈਂ ਤਾਂ ਪਤਾ ਕਿੰਨੀਆਂ ਚੀਜ਼ਾਂ ਵਰਤਦੇ ਹਾਂ ਖਾਣ ਵਾਸਤੇ, ਅਤੇ ਕਿੰਨਾ ਆਪਣਾ ਫੇਸ ਦਾ ਵੀ ਧਿਆਨ ਰੱਖਦੀ ਹਾਂ। ਆਹ ਵੀ ਮੇਰੇ ਕਿੰਨੀਆਂ ਸਾਈਆਂ ਸੀ, ਕਿੰਨੀਆਂ ਡਾਰਕ ਸੀਗੀਆਂ, ਹੁਣ ਵੇਖ ਲਾ ਕਿੰਨੀਆਂ ਲਾਈਟ ਹੋ ਗਈਆਂ ਆ। ਨਹੀਂ ਮੇਰੇ ਮੂੰਹ 'ਤੇ ਮਾਸਾ ਵੀ ਗਲੋ ਨਹੀਂ ਨਾ ਹੈਗਾ। ਨਹੀਂ ਤੇਰਾ ਅੱਗੇ ਨਾ, ਤੂੰ ਤਾਂ ਬਹੁਤ ਸੋਹਣੀ ਹੁੰਦੀ, ਤੂੰ ਕਿੱਦਾਂ ਦੀ ਹੋ ਗਈ ਆ?
ਮੈਨੂੰ ਕੋਈ ਕਰੀਮਾਂ ਕਰਾਮਾਂ ਦੱਸ ਦੋ ਹਾਂ ਵਰਤਣ ਨੂੰ। ਹਾਂ ਮੈਂ ਤੈਨੂੰ ਦੱਸਦੀ ਹਾਂ, ਸਾਰੀਆਂ ਸੱਚੋ ਵੱਲੋਂ ਮਿਲ ਜਾਂਦੀਆਂ ਹੀ ਆ। ਜੋ ਜੋ ਮੈਂ ਵਰਤਦੀ ਹਾਂ ਨਾ ਖਾਣ ਵਾਸਤੇ ਉਹ ਵੀ ਤੈਨੂੰ ਮੈਂ ਦੱਸਦੀ ਹਾਂ। ਖਾਣ ਮੈਂ ਪੀਂਦੀ ਕਿ ਗ੍ਰੀਨ ਟੀ ਪੀਆ ਕਰ, ਤੂੰ ਵੀ ਗ੍ਰੀਨ ਟੀ ਨਾਲ ਬਹੁਤ ਫਰਕ ਪੈ ਜਾਂਦਾ ਆ। ਮੈਂ ਅੱਜ ਹੀ ਜਾ ਕੇ ਲਿਆਉਂਗੀ ਗ੍ਰੀਨ ਟੀ ਫਿਰ। ਹੋਰ ਕੀ, ਅਤੇ ਸਵੇਰੇ ਆਪਣਾ ਗਰਮ ਪਾਣੀ ਕਰਕੇ ਨਾ ਕੋਸਾ ਜਿਹਾ ਪਾਣੀ ਅਤੇ ਅਜਵਾਇਣ ਥੋੜ੍ਹੀ ਜਿਹੀ ਖਾਇਆ ਕਰ, ਉਹਦੇ ਨਾਲ ਵੀ ਬੜਾ ਫਰਕ ਪੈਂਦਾ ਹੀ ਉਹ। ਭਾਈ ਤੁਸੀਂ ਸੱਚੀ ਕਿੰਨੇ ਸੋਹਣੇ ਲੱਗਣ ਡੇ ਆ, ਮੈਂ ਸੱਚੀ ਨਹੀਂ ਮਾਸਾ ਸੋਹਣੀ ਲੱਗਣ ਡੀ। ਤੁਸੀਂ ਇੱਦਾਂ ਕਰੋ, ਮੈਨੂੰ ਇਹ ਦੱਸੋ ਤੁਸੀਂ ਵਾਲਾਂ ਨੂੰ ਕੀ ਲਾਉਂਦੇ ਆ, ਤੁਹਾਡੇ ਵਾਲ ਕਿੰਨੇ ਕਾਲੇ, ਤਾਂ ਆਹ ਵੇਖੋ ਮੇਰੇ ਵਾਲ ਕਿੱਦਾਂ ਦੇ ਹੋ ਗਏ। ਸਹੀ ਗੱਲ ਆ, ਤੇਰੇ ਤਾਂ ਪ੍ਰੀਤੀ ਵਾਲ ਵੀ ਬੜੇ ਖਰਾਬ ਹੋ ਗਏ ਆ। ਅਤੇ ਮੈਨੂੰ ਦੱਸੋ ਕਿਹੜੇ ਪ੍ਰੋਡਕਟ? ਮੈਂ ਤਾਂ ਆਪਣੇ ਵਾਲਾਂ ਨੂੰ ਲੋਰੀਅਲ ਦਾ ਸ਼ੈਂਪੂ ਵਰਤਦੀ ਹਾਂ, ਮੈਂ ਤਾਂ ਬੜੀਆਂ ਬੜੀਆਂ ਵਧੀਆ ਵਧੀਆ ਕਰੀਮਾਂ ਵੀ ਵਰਤਦੀ ਹਾਂ। ਕੀਤੀ ਕੀ, ਕਿੰਨੀ ਸੋਹਣੀ ਹੁੰਦੀ ਤੂੰ, ਕੀ ਦਾ ਕੀ ਬਣ ਗਈ ਆ। ਨੇਲ ਵੀ ਵੇਖ ਕਿੱਦਾਂ ਵਿੰਗੇ ਟੇਢੇ ਜਿਹੇ ਕੀਤੇ ਆ, ਅੱਧੀ ਨੇਲ ਪਿੰਡ ਲੱਗੀ ਆ, ਅੱਧੀ ਤੇਰੀ ਲੱਥੀ ਆ। ਕੋਈ ਨੇਲਾਂ ਦੀ ਸ਼ੇਪ ਸ਼ੂਪ ਬਣਾ ਕੇ ਰੱਖਿਆ ਕਰ, ਵੇਖ ਮੇਰੇ ਨੇਲ ਕਿੰਨੇ ਸੋਹਣੇ ਆ, ਵੇਖ ਮੇਰੇ ਪੈਰਾਂ ਦੇ ਨੇਲ ਵੀ ਕਿੰਨੇ ਸੋਹਣੇ ਆ। ਤੂੰ ਆਪਣੇ ਵੱਲ ਧਿਆਨ ਹੀ ਨਹੀਂ ਦੇਣ ਡਈ ਕਿਤੇ ਮਾਸਾ ਵੀ। ਅਤੇ ਕੋਈ ਨਹੀਂ, ਹੁਣ ਤੁਸੀਂ ਮੈਨੂੰ ਸਾਰਾ ਕੁਛ ਦੱਸ ਦਿਓ ਨਾ, ਮੈਂ ਹਰ ਚੌਲ ਜਾ ਕੇ ਸਾਰੀਆਂ ਕਰੀਮਾਂ ਕਰੂਮਾਂ ਲੈ ਕੇ ਆਉਂਦੀ ਹਾਂ ਨਾ, ਫਿਰ ਮੈਂ ਵੀ ਸੋਹਣੀ ਬਣ ਜੂੰਗੀ। ਆਹੋ ਉਹੀ ਵਰਤਿਆ ਕਰ ਜਿਹੜੀਆਂ ਤੁਹਾਨੂੰ ਮੈਂ ਦੱਸੂੰਗੀ। ਤਿਆਰ ਰੱਖ, ਮੈਂ ਸੂਟ ਲਿਆਉਂਦੇ ਜਿਹੜੇ ਸੀ ਲਈ। ਸੂਟ ਵਿਖਾ, ਹਾਂ ਰਾਜਵਿੰਦਰ ਕਿੱਥੇ ਗਈ ਆ, ਉਹ ਘਰ 'ਚੋਂ ਨਹੀਂ ਮਿਲੀ ਤੈਨੂੰ? ਲੈ ਆ ਤਾਂ ਬਹੁਤ, ਉਹ ਕਿਤੇ ਆਪਣੇ ਸ਼ਾਇਦ ਪੇਕੇ ਗਈ ਆ। ਅੱਛਾ, ਆਹ ਸਾਰੇ ਤੇਰੇ ਹੀ ਆ? ਮੈਂ ਆਪਣੇ ਸੀ ਲਈ ਲਿਆਉਂਦੇ ਸੀ। ਤੁਹਾਡੇ ਕੋਲ ਸੋਹਣੇ ਸੂਟ ਆ, ਆਹ ਵਾਂਢੇ ਲਈ ਲਿਆਉਂਦੇ ਅਤੇ ਆਹ ਘਰ ਪਾਉਣ ਲਈ ਲਿਆਉਂਦੇ। ਮੈਂ ਤਾਂ ਇੰਨੇ ਸੂਟ ਹੋਰ ਮੈਂ ਬਥੇਰੇ ਸਵਾਉਂਦੀ ਹੁੰਦੀ ਹਾਂ। ਅੱਛਾ, ਅਤੇ ਸਰੀਰ ਵੀ ਆਪਣਾ ਘਟਾ ਫਿਰ, ਇਕੱਲੇ ਸੂਟ ਹੀ ਨਾ ਸਵਾਉਣ 'ਤੇ ਜ਼ੋਰ ਰੱਖ, ਆਪਣੇ ਸਰੀਰ ਵੱਲ ਵੀ ਵੇਖ। ਕੋਈ ਨਹੀਂ, ਮੈਂ ਧਿਆਨ ਦਊਂਗੀ ਹੁਣ। ਆਹੋ ਬੜੀ ਮੋਟੀ ਹੋ ਗਈ ਉਹ। ਗਈ ਤਾਂ ਮੈਂ ਇੱਕ ਹੀ ਸੂਟ ਲੈਣ ਸੀ, ਅਤੇ ਆਹ ਮੈਨੂੰ ਨਾ ਫਿਰ ਦੋ ਸੂਟ ਪਸੰਦ ਆ ਗਏ। ਮੈਂ ਕਿਹਾ ਚੱਲ ਗਰਮੀਆਂ ਆਉਂਦੀਆਂ, ਘਰ ਪਾ ਲਿਆ ਕਰਾਂਗੇ, ਆਹ ਵਾਧੂ ਹੀ ਲੈ ਲਏ ਆ, ਉਹਦਾ ਲੋੜ ਤਾਂ ਹੈ ਨਹੀਂ ਸੀ ਇਹਨਾਂ ਦੀ। ਲੈ ਜੇ ਵਾਧੂ ਲੈ ਲਿਆ ਤਾਂ ਫਿਰ ਆਪਣੀ ਸਹੇਲੀ ਨੂੰ ਇੱਕ ਦਾਨ ਪੁੰਨ ਕਰ ਦੇ, ਅਤੇ ਫਿਰ ਕੀ ਆ, ਰੱਖ ਲਓ ਜਿਹੜਾ ਤੁਹਾਨੂੰ ਪਸੰਦ ਆ। ਮੈਨੂੰ ਤਾਂ ਆਹ ਹੀ ਬਹੁਤ ਪਸੰਦ ਆਇਆ। ਅਤੇ ਕੋਈ ਨਹੀਂ ਲੈ ਲਓ। ਚੱਲ ਮੈਨੂੰ ਦੱਸ ਦੇ ਫਿਰ ਕਿੰਨੇ ਕਦਾ ਆ। ਉਹ ਕੋਈ ਗੱਲ ਨਹੀਂ, ਪੈਸੇ ਦੀ ਨਹੀਂ ਕੋਈ ਗੱਲ, ਤੁਸੀਂ ਇਹਦੇ ਰੱਖ ਲਓ। ਪ੍ਰੀਤੀ ਮੈਂ ਇੱਦਾਂ ਨਹੀਂ ਰੱਖਣਾ। ਉਹ ਨਹੀਂ ਕੋਈ ਗੱਲ ਨਹੀਂ, ਫਿਰ ਕੀ ਆ, ਮੇਰੀ ਸਹੇਲੀ ਜੇ ਤੁਸੀਂ। ਨਹੀਂ ਨਹੀਂ ਪ੍ਰੀਤੀ, ਇੱਦਾਂ ਨਹੀਂ ਮੈਂ ਰੱਖਣਾ। ਜਾ ਇੱਦਾਂ ਨਾ ਕਰਿਆ ਕਰੋ, ਕੁਛ ਨਹੀਂ ਹੁੰਦਾ, ਰੱਖ ਲਓ ਆ ਲਓ। ਫਿਰ ਕੀ, ਇੱਕ ਸੂਟ ਹੀ ਆ, ਬਥੇਰੇ ਆ ਮੇਰੇ ਕੋਲ ਪੈਸੇ, ਕੋਈ ਗੱਲ ਨਹੀਂ। ਸੱਚੀ ਚੱਲ ਫਿਰ ਰੱਖ ਲਾ। ਹਾਂ ਹਾਂ ਕੋਈ ਨਹੀਂ, ਰੱਖ ਲਓ। ਹਾਂ ਮੈਨੂੰ ਬੜਾ ਪਸੰਦ ਆਇਆ ਜਿੰਨਾ ਚਿਰ ਕੋਈ ਪਸੰਦ ਆ ਤਾਂ ਲੈ ਲਓ। ਨਹੀਂ ਨਹੀਂ ਮੈਨੂੰ ਆਹ ਹੀ ਪਸੰਦ ਆਇਆ, ਮੈਨੂੰ ਆਹ ਹੀ ਸੋਹਣਾ ਲੱਗਿਆ, ਆਹ ਹੀ ਮੈਂ ਸਵਾ ਲਵਾਂਗੀ ਮੈਂ। ਠੀਕ ਆ, ਕੋਈ ਨਹੀਂ ਸਵਾ ਲਈ। ਤੁਸੀਂ ਵੀ ਰਾਜਵਿੰਦਰ ਕੋਈ ਸਵਾ ਲਿਓ, ਵਧੀਆ ਸਿੰਦੀ ਆ, ਬਹੁਤ ਸੋਹਣੀ ਸਿੰਦੀ ਆ ਸੂਟ। ਚਲੋ ਠੀਕ ਆ, ਚਲੋ ਠੀਕ ਆ ਫਿਰ ਮੈਂ ਹੁਣ ਚੱਲਦੀ ਹਾਂ। ਕਿੰਨਾ ਟਾਈਮ ਹੋ ਗਿਆ? ਆ ਗਈ ਹੋਊਗੀ ਰਾਜਵਿੰਦਰ? ਨਹੀਂ ਅਜੇ ਨਹੀਂ, ਉਹਨੇ ਕੱਲ੍ਹ ਨੂੰ ਆਉਣਾ। ਅੱਛਾ, ਹੁਣ ਘਰ ਹੀ ਜਾਣਾ ਆ? ਹਾਂ ਹੁਣ ਮੈਂ ਆਪਣੇ ਬਹਿ ਜਾ, ਚਾਹ ਚੂਹ ਬਣਾਉਂਦੀ ਹਾਂ। ਨਹੀਂ ਨਹੀਂ ਮੈਂ ਲੇਟ ਹੋ ਜਾਣਾ, ਫਿਰ ਵਿੱਕੀ ਨੇ ਆਉਣਾ, ਫਿਰ ਤੁਹਾਨੂੰ ਪਤਾ ਵਾ ਘਰੇ ਕੰਮ ਇੰਨਾ ਹੁੰਦਾ ਕਿ ਤੇ ਸਫਾਈਆਂ ਕਰ ਕਰਕੇ ਮੇਰਾ ਤਾਂ ਲੱਖ ਦੋਰਾ ਹੋ ਚੱਲਾ ਵਾ। ਇੰਨਾ ਸਫਾਈਆਂ ਕਰਦੀ, ਕੰਮ ਇੰਨਾ ਕਰਦੀ, ਸਰੀਰ ਦਾ ਤੇ ਪੇਨ ਤੇਰੇ ਦਾ ਫਰਕ ਪੈਣ ਡਿਆ। ਉਹ ਕੋਈ ਨਹੀਂ, ਹੁਣ ਤੁਸੀਂ ਦੱਸਦੇ ਨਾ ਪ੍ਰੋਡਕਟ, ਹੁਣ ਮੈਂ ਉਹ ਵਰਤਦੀ ਹਾਂ। ਵਰਤ ਵਰਤ ਆਪਣਾ ਆਇਆ ਨਾ, ਅੱਗੇ ਵਾਂਗ ਸੋਹਣੀ ਹੋ ਜਾ, ਬੜੀ ਮੋਟੀ ਲੱਗਦੀ ਹੋ। ਕੋਈ ਨਹੀਂ ਕੋਈ ਨਹੀਂ, ਚਲੋ ਠੀਕ ਆ ਫਿਰ। ਹੈਂ ਚੱਲ ਜਾਣਾ ਫਿਰ? ਹਾਂਜੀ ਹੁਣ ਮੈਂ ਚੱਲ ਜਾਣਾ ਫਿਰ। ਚੱਲ ਕੋਈ ਨਹੀਂ, ਆਉਂਦੀ ਰਿਹਾ ਕਰ ਜਾਂਗਾ। ਹਾਂਜੀ ਹਾਂਜੀ, ਨਾਲੇ ਬਾਬਾ ਮਿਲ ਲਿਆ ਅੱਜ ਫਿਰ, ਹੈ ਨਾ? ਠੀਕ ਆ ਠੀਕ। ਹਾਂ ਚਲੋ ਠੀਕ ਆ, ਚੱਲ ਆ ਤਾਂ ਮੈਨੂੰ ਫਾਇਦਾ ਹੀ ਹੋ ਗਿਆ ਹੀ ਉਹ, ਘਰ ਬੈਠਿਆਂ ਬਿਠਾਇਆ ਇੰਨਾ ਸੂਟ ਸੋਹਣਾ ਮਿਲ ਗਿਆ, ਮੈਨੂੰ ਹੋਰ ਕੀ ਚਾਹੀਦਾ ਆ। ਮੈਂ ਚੁੱਪ ਕਰਕੇ ਜਾਊਂਗੀ ਅਤੇ ਰਾਜਵਿੰਦਰ ਨੂੰ ਸੀਨੇ ਦੇ ਕੇ ਆਊਂਗੀ। ਆਹ ਚਲੋ ਸਬਜ਼ੀ ਤਾਂ ਮੈਂ ਲੈਂਦੀ ਆ, ਹੁਣ ਇੱਦਾਂ ਕਰਦੀ ਹਾਂ ਇਹਨੂੰ ਬਣਾਉਂਗੀ ਮੈਂ ਰਾਤ ਨੂੰ, ਅਤੇ ਆਪ ਮੈਂ ਚੱਲ ਜਾਂਦੀ ਹਰਚਵਾਲ, ਹੁਣ ਤਾਂ ਇਹ ਡਿਊਟੀ ਗਏ ਆ, ਜੇ ਆ ਗਏ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਮਗਰੋਂ ਮਗਰੋਂ ਹੋਣ ਦੀਆਂ। ਚੱਲ ਪੈਸੇ ਲੈ ਜਾ। ਹਾਏ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ, ਮੈਂ ਸਮਾਨ ਕਾਹਦਾ ਲੈ ਕੇ ਆਊਂਗੀ। ਇੱਦਾਂ ਕਰਦੀ ਹਾਂ
ਉਧਾਰ ਹੀ ਲੈ ਆਉਂਦੀ ਹਾਂ, ਅੱਗੇ ਵੀ ਤਾਂ ਸਮਾਨ ਉਧਾਰ ਲਿਆਂਦਾ, ਨਾਲੇ ਉਂਝ ਵੀ ਉਹ ਵਿੱਕੀ ਦਾ ਵੱਖ ਵੀ ਆ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਿਛਲੀ ਵਾਰੀ ਮੈਂ ਤੁਹਾਡੇ ਕੋਲੋਂ ਫੇਸ ਵਾਸ਼ ਖੜਿਆ ਸੀ, ਹਾਂਜੀ, ਤੇ ਪਹਿਲਾਂ ਮੇਰਾ ਕੋਈ ਫੇਸ ਸਾਫ ਨਹੀਂ ਹੋਇਆ, ਕੋਈ ਗਲੋ ਹੀ ਨਹੀਂ ਹੈਗਾ ਫੇਸ ਤੇ। ਨਵੇਂ ਆਏ ਤਾਂ ਉਹ ਖਾਣਾ ਵਾ, ਨਵੇਂ ਇੱਕ ਇਹ ਨਵਾਂ ਆਇਆ ਇਵੋਨ ਦਾ, ਇੱਕ ਇਹ ਓਸ਼ੀਆ ਦਾ ਆਇਆ ਵਾ, ਇੱਕ ਆਸਤਾ ਬੇਰੀ ਦਾ ਆਇਆ। ਭਾਜੀ ਹੈ ਵਧੀਆ ਵਾ ਨਾ? ਬਹੁਤ ਵਧੀਆ, ਬਹੁਤ ਵਧੀਆ ਜੀ। ਤੇ ਉਹ ਮੈਨੂੰ ਸ਼ੈਂਪੂ ਦਿਓ, ਵਧੀਆ ਸ਼ੈਂਪੂ ਦਿਓ। ਸ਼ੈਂਪੂ ਕਿਹੜਾ ਦੇ ਦਈਏ ਜਿਹੜੇ ਸਭ ਤੋਂ ਵਧੀਆ ਹੋਣ? ਲੋਟਸ ਵਾਲੀ ਭਾਜੀ ਇੰਨੇ ਸਮਾਨ ਦਾ ਬਣਾ ਦੋ ਫਿਰ ਬਿੱਲ। ਇਹ ਹੋਰ ਵੇਲੋ ਵੇਖਣਾ ਤਾਂ ਕੁਛ ਹੋਰ? ਉਹ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ, ਆਪਣੀ ਦੁਕਾਨ ਆ, ਫਿਰ ਕਿਤੇ ਆ ਜਾਾਂਗੇ ਲੈਣਾ। ਚਲੋ ਕੋਈ ਨਹੀਂ, ਹਾਂਜੀ ਆ ਹੁਣ ਇਹਦਾ ਬਿੱਲ ਬਣਾ ਦਈਏ ਹੁਣ। ਹਾਂਜੀ ਇਹ ਭਾਜੀ 3500 ਰੁਪਇਆ ਬਣਿਆ ਇਹਦਾ ਹੁਣ। 3500? ਹਾਂਜੀ। ਤੇ ਭਾਜੀ ਤੁਸੀਂ ਫਿਰ ਇਦਾਂ ਕਰੋ ਕਿ ਆ ਸਮਾਨ ਲਿਫਾਫੇ 'ਚ ਪਾ ਦਿਓ ਅਤੇ ਬਿੱਲ ਜਿਹੜਾ ਵਾ ਨਾ ਇੱਥੇ ਲਿਖ ਲਓ। ਅਤੇ ਤੁਹਾਡੇ ਪਹਿਲਾਂ ਵੀ 5000 ਰੁਪਈਆ ਕਰਦਾ ਜੇ? ਉਹ ਭਾਜੀ ਮੈਨੂੰ ਪਤਾ ਵਾ ਕਿ ਸਾਡਾ 5000 ਰੁਪਈਆ ਪਹਿਲਾਂ ਵੀ ਦੇਣ ਵਾਲਾ ਵਾ, ਅਤੇ ਕੋਈ ਗੱਲ ਨਹੀਂ ਹੁਣ ਇਕੱਠਾ ਹੀ ਦੇ ਜਾਂਗੇ, ਹੁਣ ਵਿੱਕੀ ਨੂੰ ਤਨਖਾਹ ਮਿਲਣੀ ਵਾਲੀ ਆ। ਚਲੋ ਉਹਦੇ ਕੋਈ ਗੱਲ ਨਹੀਂ, ਵਿੱਕੀ ਭਾਈ ਨੂੰ ਅਸੀਂ ਜਾਣਦੇ ਹਾਂ, ਚਲੋ ਕੋਈ ਗੱਲ ਨਹੀਂ ਲਿਖ ਲੈਂਦੇ ਹੁਣ। ਹਾਂਜੀ ਹਾਂਜੀ, ਨਹੀਂ ਅਦੇ ਉੱਦਾਂ ਅਸੀਂ ਦੱਸ ਦਿੰਦੇ ਨਹੀਂ ਹੈਗੇ, ਤੁਹਾਨੂੰ ਦੇ ਰਹੇ ਹਾਂ, ਕੋਈ ਗੱਲ ਨਹੀਂ ਚਲੋ। ਹਾਂਜੀ ਕੋਈ ਨਹੀਂ, ਦੇ ਜਾਂਗੇ ਪੈਸੇ। ਠੀਕ ਹੈ ਜੀ, ਕੋਈ ਗੱਲ ਨਹੀਂ, ਆਪਣੀ ਦੁਕਾਨ ਹੈ, ਕਿਹੜੀ ਬਗਾਨੀ ਹੈ। ਹਾਂਜੀ ਹਾਂਜੀ ਹਾਂਜੀ, ਕੋਈ ਗੱਲ ਨਹੀਂ, ਤੁਹਾਡੀ ਆਪਣੀ ਦੁਕਾਨ ਆ। ਹਾਂਜੀ ਆ ਕਰ ਦਿਓ ਫਿਰ ਪੈਕ। ਚਲੋ ਠੀਕ ਹੈ। ਚਲੋ ਠੀਕ ਹੈ ਫਿਰ ਭਾਜੀ। ਠੀਕ ਹੈ ਜੀ। ਧੰਨ ਆ ਇਹ ਜਨਾਨੀ, ਇੰਨਾ ਸਮਾਨ ਲਈ ਜਾਂਦੀ ਹੈ ਅਤੇ ਪਤਾ ਨਹੀਂ ਵਰਤਦੀ ਆ ਸੁੱਟਦੀ ਆ।
ਇੱਕ ਤਾਂ ਮੈਂ ਨਾ ਧੁੱਪੇ ਤੁਰ ਤੁਰ ਕੇ ਥੱਕੀ ਚੱਲੀ ਹਾਂ, ਕਿਤੇ ਇਹ ਨਹੀਂ ਮੇਰੇ ਬੰਦੇ ਦਾ ਸੁੱਖ ਕਿ ਮੈਨੂੰ ਕਿਤੇ ਸਕੂਟਰੀ ਲਿਆ ਦੇ, ਸਕੂਟਰੀ ਮੇਰੇ ਕੋਲ ਹੋਵੇ ਤਾਂ ਮੈਂ ਛੂੰ ਕਰਦੀ ਜਾਇਆ ਕਰਾਂ ਅਤੇ ਛੂੰ ਕਰਦੀ ਆਇਆ ਕਰਾਂ। ਇਹ ਕਿਤੇ ਚੋਰੀ ਚੋਰੀ ਜਾਣਾ ਪੈਂਦਾ, ਚੋਰੀ ਚੋਰੀ ਆਉਣਾ ਪੈਂਦਾ, ਮੈਂ ਵੀ ਕੀ ਕਰਾਂ। ਹੁਣ ਮੈਂ ਪੀਆ ਕਰਾਂਗੀ ਗ੍ਰੀਨ ਟੀ, ਵੇਖੀ ਮੈਂ ਕਿੰਨੀ ਪਤਲੀ ਹੋ ਜਾਣਾ, ਸਲਿਮ ਡ੍ਰੀਮ। ਜਦੋਂ ਮੈਂ ਲਾਇਆ ਫੇਸ ਵਾਸ਼ ਅਤੇ ਮੇਰੀ ਸਕਿਨ ਨੇ ਐਂ ਗਲੋ ਕਰਨਾ ਨਾ, ਕੋਈ ਕਹਿਣ ਦੀ ਗੱਲ ਹੀ ਨਹੀਂ, ਮੈਂ ਕਿੰਨੀ ਸੋਹਣੀ ਲੱਗਿਆ ਕਰਨਾ, ਇਹਦੇ ਨਾਲ ਵੱਧ ਸੋਹਣੀ ਹੋ ਕੇ ਵਿਖਾਉਣਾ ਮੈਂ। ਅੱਛਾ ਆਹ ਵੀ ਕਰੀਮ ਲਾਇਆ ਕਰਾਂਗੀ, ਕੋਈ ਨਾਂਗਾ ਨਹੀਂ ਪਾਉਣਾ ਮੈਂ ਚੀਜ਼ਾਂ 'ਤੇ। ਆਹ ਜਦੋਂ ਮੈਂ ਲਾਇਆ ਕੰਡੀਸ਼ਨਰ, ਵੇਖਿਓ ਹਾਂ ਮੇਰੇ ਵਾਲਾਂ 'ਤੇ ਕਲਿੱਪ ਨਹੀਂ ਖਲੋਇਆ ਕਰਨਾ, ਇੰਨੇ ਸਿਲਕੀ ਹੋ ਜਾਣੇ ਮੇਰੇ ਵਾਲ। ਹੁਣ ਮੈਂ ਰੋਟੀ ਪਕਾਉਣਾ ਛੇਤੀ ਛੇਤੀ। ਜੇ ਮੈਂ ਰੋਟੀ ਪਕਾਉਣ ਡਾ ਪਈ ਤਾਂ ਮੇਰਾ ਤਾਂ ਫੇਸ ਪੈਕ ਨਹੀਂ ਲੱਗਣਾ। ਇੱਦਾਂ ਕਰਦੀ ਹਾਂ, ਪਹਿਲਾਂ ਮੈਂ ਫੇਸ ਪੈਕ ਲਾ ਲੈਂਦੀ ਹਾਂ, ਰੋਟੀ ਦਾ ਕੀ ਆ, ਰੋਟੀ ਤਾਂ ਮੈਂ ਬਾਅਦ 'ਚੋਂ ਵੀ ਪਕਾ ਕੇ ਖਾ ਲੂੰਗੀ, ਉਂਝ ਵੀ ਤਾਂ ਰੋਟੀ ਖਾ ਖਾ ਕੇ ਮੈਂ ਮੋਟੀ ਹੋਣ ਡਈ ਹਾਂ। ਆਹ ਵਾਲਾ ਲਾਉਂਦੇ ਹਾਂ ਅੱਜ ਫੇਸ ਪੈਕ।